ਇਹ ਅਧਿਆਤਮਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 6045076666। ਹਰਪ੍ਰੀਤ ਸਿੰਘ ਸ਼ੋਅ ਦੇ ਇਸ ਧਾਰਮਿਕ ਸੈਗਮੈਂਟ ਵਿੱਚ ਆਪ ਸਭ ਨੂੰ ਜੈਨ ਨੂੰ ਆਖਦੇ ਹਾਂ। ਗੁਰਗਿਆਨ ਸਮੁੰਦਰ ਸੀਰੀਜ਼ ਵਿੱਚ ਤੁਸੀਂ ਪਿਛਲੇ ਕਈ ਮਹੀਨੇ ਤੋਂ ਸ਼ਾਮਿਲ ਹੋ ਰਹੇ ਹੋ ਅਤੇ ਇਸ ਦੇ ਵਿੱਚ ਸਾਡਾ ਸਾਥ ਦੇ ਰਹੇ ਨੇ ਭਾਈ ਰਾਮ ਸਿੰਘ ਜੀ, ਜਿਹੜੇ ਕਿ ਰਜਾਇਨਾ ਤੋਂ ਇੱਥੇ ਆ ਕੇ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਨੇ। ਗੁਰਬਾਣੀ ਦਾ ਪ੍ਰਚਾਰ ਕਰਨਾ ਬੜਾ ਹੀ ਇੱਕ ਔਖਾ ਸਬਜੈਕਟ ਹੈ ਅਤੇ ਖਾਸ ਤੌਰ ਦੇ ਉੱਤੇ ਉਸਨੂੰ ਰੋਜ਼ਮਰਾ ਜ਼ਿੰਦਗੀ ਨਾਲ ਰਿਲੇਟ ਕਰਕੇ ਜਦੋਂ ਗੱਲਬਾਤ ਹੁੰਦੀ ਹੈ ਤਾਂ ਉਸਦਾ ਬਹੁਤ ਸਾਰੇ ਲੋਕ ਫਾਇਦਾ ਉਠਾ ਰਹੇ ਨੇ। ਇਹ ਸਫ਼ਰ ਜੋ ਸ਼ੁਰੂ ਕੀਤਾ ਸੀ ਕਈ ਮਹੀਨੇ ਪਹਿਲਾਂ ਅਤੇ ਇਸ ਦੇ ਵਿੱਚ ਅਸੀਂ 26ਵੀਂ ਪੌੜੀ ਤੱਕ ਵਿਆਖਿਆ ਕਰ ਸਕੇ ਹਾਂ, ਅੱਗੇ ਗੁਰੂ ਸਾਹਿਬ ਕੀ ਕਹਿੰਦੇ ਨੇ ਅਤੇ ਕਿਉਂ ਸਾਨੂੰ ਲੋੜ ਹੈ ਕਿ ਗੁਰਬਾਣੀ ਨੂੰ ਅਸੀਂ ਸਮਝ ਕੇ ਅੱਗੇ ਪੜ੍ਹ ਕੇ ਅੱਗੇ ਚੱਲੀਏ, ਇਸ ਬਾਰੇ ਆਓ ਕੁਝ ਚਰਚਾ ਕਰਦੇ ਹਾਂ ਭਾਈ ਰਾਮ ਸਿੰਘ ਜੀ ਨਾਲ। ਭਾਈ ਸਾਹਿਬ ਜੀ, ਆਇਆਂ ਨੂੰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਗੁਰਬਾਣੀ ਦਾ ਉਪਦੇਸ਼ ਸੁਣਨਾ ਬਹੁਤ ਵਧੀਆ ਲੱਗਦਾ। ਹੁਣ ਜਿਸ ਤਰ੍ਹਾਂ ਅਸੀਂ ਨਿਰੰਤਰ ਹਰ ਹਫ਼ਤੇ ਲੋਕ ਜੁੜ ਜਾਂਦੇ ਨੇ, ਲੋਕਾਂ ਨੂੰ ਪਤਾ ਹੈ ਕਿ 8 ਵਜੇ ਪੈਸੀਫਿਕ ਟਾਈਮ ਦੇ ਮੁਤਾਬਿਕ ਇਹ ਪ੍ਰੋਗਰਾਮਸ ਦੇ ਵਿੱਚ ਤੁਸੀਂ ਸ਼ਾਮਿਲ ਹੋਣਾ ਹੀ ਹੋਣਾ। ਕੁਛ ਵਿੱਚ ਬ੍ਰੇਕ ਪੈ ਗਈ ਕਿਉਂਕਿ ਕੁਛ ਸਾਡੇ ਐਪੀਸੋਡਸ ਕ੍ਰੈਸ਼ ਕਰ ਗਏ ਸੀ, ਟੈਕਨੋਲੋਜੀ ਦਾ ਕੋਈ ਪਤਾ ਨਹੀਂ ਕੀ ਹੁੰਦਾ ਹੈ। ਤਾਂ ਉਸ ਵਿੱਚ ਇੰਨੀਆਂ ਸਾਰੀਆਂ ਕਾਲਸ ਆਈਆਂ ਲੋਕਾਂ ਦੀਆਂ ਕਿ ਭਾਈ ਸਾਹਿਬ ਕੀ ਗੱਲ ਹੋ ਗਈ, ਤੁਸੀਂ ਤਾਂ ਕਿਹਾ ਸੀ ਇਸ ਨੂੰ ਅਸੀਂ 1430 ਅੰਕ ਤੱਕ ਲੈ ਕੇ ਜਾਵਾਂਗੇ, ਸੋ ਉਹਨਾਂ ਨੂੰ ਦੱਸਿਆ। ਤਾਂ ਇਹ ਪਿਆਰ ਲੋਕਾਂ ਦਾ ਦੱਸਦਾ ਕਿ ਲੋਕ ਚਾਹੁੰਦੇ ਨੇ ਕਿ ਉਹਨਾਂ ਨੂੰ ਕੋਈ ਦੱਸੇ, ਕਿਉਂਕਿ ਅੱਜ ਘਰਾਂ ਦੇ ਵਿੱਚ ਜਿਹੜੇ ਸਾਡੇ ਮਾਹੌਲ ਬਣੇ ਪਏ ਨੇ, ਅਸੀਂ ਸਾਰੇ ਚਿੰਤਤ ਹਾਂ। ਭਾਵੇਂ ਉਹ ਰਿਸ਼ਤਿਆਂ ਦੀ ਗੱਲ ਕਰ ਲਈਏ, ਹਸਬੈਂਡ ਵਾਈਫ ਦੇ ਰਿਸ਼ਤੇ ਦੀ ਗੱਲ ਕਰ ਲਓ, ਜਾਂ ਬੱਚਿਆਂ ਨਾਲ, ਜਾਂ ਭੈਣ ਭਰਾਵਾਂ ਦੇ, ਜਾਂ ਸਾਡਾ ਸਮਾਜ ਦੇ ਵਿੱਚ ਇਸ ਤਰੀਕੇ ਦਾ ਰਹਿਣ ਸਹਿਣ ਹੋ ਗਿਆ। ਸੋ ਮਾਨਸਿਕ ਤੌਰ 'ਤੇ ਅਸੀਂ ਪਰੇਸ਼ਾਨ ਹਾਂ, ਫਿਜ਼ੀਕਲ ਤੌਰ ਦੇ ਉੱਤੇ ਸਾਨੂੰ ਬਹੁਤ ਸਾਰੀਆਂ ਬਿਮਾਰੀਆਂ ਚਿੰਬੜ ਗਈਆਂ ਨੇ। ਸੋ ਇਸ ਤੋਂ ਬਚਣ ਲਈ ਸਿਰਫ ਇੱਕੋ ਹੀ ਰਸਤਾ ਹੈ, ਉਹ ਹੈ ਕਿ ਅਸੀਂ ਗੁਰਬਾਣੀ ਦਾ ਸਹਾਰਾ ਲਈਏ। ਸੋ ਧੰਨਵਾਦ ਤੁਹਾਡਾ ਕਿ ਤੁਸੀਂ ਇੱਥੇ ਆ ਕੇ ਸਾਡੇ ਨਾਲ ਇਹਨਾਂ ਵਿਸ਼ਿਆਂ ਦੇ ਉੱਤੇ ਗੱਲਬਾਤ ਕਰਦੇ ਹੋ। 26ਵੀਂ ਪੌੜੀ ਅਸੀਂ ਪਿਛਲੇ ਹਫ਼ਤੇ ਖਤਮ ਕੀਤੀ ਸੀ, 27ਵੀਂ ਪੌੜੀ ਦੇ ਵਿੱਚ ਗੁਰੂ ਸਾਹਿਬ ਕੀ ਕਹਿ ਰਹੇ ਨੇ ਜੀ? ਹਾਂਜੀ, ਥੈਂਕ ਯੂ ਵੀਰ ਜੀ ਤੁਹਾਡਾ, ਅਤੇ ਥੈਂਕ ਯੂ ਦਰਸ਼ਕਾਂ ਦਾ। ਜਿਹੜੀ ਤੁਸੀਂ ਆ ਗੱਲ ਕੀਤੀ, 3.5 ਮਹੀਨੇ ਪਹਿਲਾਂ ਜਿਹੜਾ ਵਾਪਰਿਆ ਸੀਗਾ ਜੀ, ਜਦੋਂ ਐਪੀਸੋਡ ਕ੍ਰੈਸ਼ ਹੋਏ ਅਤੇ ਮੈਨੂੰ ਵੀ ਫੋਨ ਗਿਆ ਜੀ। ਉਹ ਮੈਨੂੰ ਪਤਾ ਕੀ ਕਹਿਣ ਲੱਗੇ? ਪਹਿਲਾਂ ਉਹਨੇ ਫਤਿਹ ਬੁਲਾਈ, ਮੈਨੂੰ ਕਹਿਣ ਲੱਗੇ ਪੈਸੇ ਜੀ ਕਿੱਥੇ ਹੋ? ਮੈਂ ਜੀ ਮੈਂ ਰਜਾਇਨਾ 'ਚ। ਕਹਿੰਦੇ ਅਸੀਂ ਅੱਜ ਲਾਇਆ ਸੀ ਟੀ ਵੀ ਅਤੇ ਤੁਸੀਂ ਪਹੁੰਚੇ ਨਹੀਂ, ਹੈ ਨਾ? ਅਤੇ ਮੈਂ ਉਹਨਾਂ ਨੂੰ ਦੱਸਿਆ ਵੀ ਐਂ ਕਰਕੇ ਵੀ ਹਾਲੇ ਸਾਡੀ ਡੇਟ ਅੱਗੇ ਜਿਹੜੀ ਰਿਕਾਰਡਿੰਗ ਦੀ ਹੈਗੀ ਹੈ ਅਤੇ ਥੋੜ੍ਹੇ ਕ੍ਰੈਸ਼ ਹੋ ਗਏ ਜਿਸ ਕਰਕੇ। ਤਾਂ ਖੈਰ ਭੁੱਖ ਤਾਂ ਹੈ ਹੀ ਹੈ ਜੀ। ਇਹਨਾਂ ਮਹੀਨਿਆਂ ਦੇ ਵਿੱਚ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ, ਆਪਾਂ ਸ਼ੁਰੂ ਕੀਤਾ, ਇੱਥੋਂ ਤੱਕ ਪਹੁੰਚਦੇ ਹਾਂ, ਲੋਕ ਕਾਫੀ ਜਿਹੜੇ ਨੇ ਫਾਰਵਰਡ ਕਰਨਾ ਸ਼ੁਰੂ ਕੀਤਾ ਜੀ। ਮੈਨੂੰ 1-2 ਦਿਨ ਪਹਿਲਾਂ ਹੀ ਜਾਣਕਾਰੀ ਮਿਲੀ ਕਿ ਅਮੈਰੀਕਾ ਦੇ ਵਿੱਚ ਗੁਰਮੁਖ ਪਿਆਰੇ ਨੇ ਆਪਣੇ ਹਰ ਐਪੀਸੋਡ ਨੂੰ ਉਹ ਆਪਣੇ ਸਾਰੇ ਗਰੁੱਪਾਂ ਦੇ ਵਿੱਚ ਭੇਜ ਰਹੇ ਨੇ, ਵਟਸਐਪ ਦੇ ਗਰੁੱਪ ਦੇ ਵਿੱਚ। ਰਾਈਟ। ਇੱਕ ਗੁਰਮੁਖ ਪਿਆਰੇ ਨੇ, ਮੇਰੇ ਬੜੇ ਅਜੀਜ਼ ਨੇ, ਉਮਰ 'ਚ ਮੇਰੇ ਤੋਂ ਪੁੱਤਰਾਂ ਵਰਗੇ ਨੇ, ਪ੍ਰੋਫੈਸਰ ਗੁਰਪ੍ਰੀਤ ਸਿੰਘ ਮੁਕਤਸਰ ਸਾਹਿਬ ਤੋਂ ਜੀ। ਉਹਨਾਂ ਮੈਨੂੰ ਕਿਹਾ, ਭਾਈ ਸਾਹਿਬ ਜੀ ਅਸੀਂ ਇਹ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੇ ਸਾਡੇ ਬੱਚਿਆਂ ਦੇ ਪ੍ਰੋਗਰਾਮ ਨੇ ਅਸੀਂ ਤੁਹਾਡੇ ਐਪੀਸੋਡ ਸੁਣਾ ਕੇ ਉਹਦੇ 'ਤੇ ਉਹਨਾਂ ਨੂੰ ਕੁਐਸਚਨ ਪੁੱਛਦੇ ਨੇ। ਵੰਡਰਫੁਲ। ਇੱਕ ਟੀਮ ਤਿਆਰ ਕਰ ਲੈਂਦੇ ਨੇ, ਵੈਰੀ ਨਾਈਸ, ਵੀ ਉਹ ਟੀਮ ਦੇ ਵਿੱਚ ਕੁਐਸਚਨ ਤਿਆਰ ਕਰਕੇ ਅਸੀਂ ਕੁਐਸਚਨ ਪੁੱਛਦੇ ਹਾਂ। ਅਤੇ ਮੈਂ ਉਹਨਾਂ ਨੂੰ ਕਿਹਾ ਸੀ ਤੁਸੀਂ ਇੱਦਾਂ ਕਰੋ, ਉਹਨਾਂ ਨੂੰ ਵੀ, ਬਾਕੀਆਂ ਨੂੰ ਵੀ, ਸੰਸਥਾਵਾਂ ਜਿਹੜੇ ਕਰ ਰਹੇ ਨੇ ਜਾਂ ਵਿਅਕਤੀ ਕਰ ਰਹੇ ਜਿਨ੍ਹਾਂ ਨੂੰ ਐਪੀਸੋਡ ਚੰਗੇ ਲੱਗਦੇ ਨੇ, ਅਤੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਵੀ ਅਗਰ ਤੁਸੀਂ ਇਹਨਾਂ ਐਪੀਸੋਡਸ ਦੇ ਉੱਪਰ ਕੁਐਸਚਨ ਰੱਖ ਕੇ ਕੁਇਜ਼ ਕਰਵਾਉਣਾ ਚਾਹੁੰਦੇ ਹੋ, ਰਾਈਟ, ਅਤੇ ਉਹਦੇ ਪ੍ਰਾਈਜ਼ ਰੱਖ ਲਿਓ, ਅਸੀਂ ਉਹ ਪ੍ਰਾਈਜ਼ ਵੀ ਦਸਵੰਧ ਵਜੋਂ ਸੇਵਾ ਕਰ ਦਿਆਂਗੇ। ਤਾਂ ਖੈਰ ਮੇਨ ਮਕਸਦ ਕਿ ਗੁਰਬਾਣੀ ਦੇ ਸਿਧਾਂਤ ਘਰ ਘਰ ਤੱਕ ਪਹੁੰਚਣ ਜੀ, ਸਾਡਾ ਯੂਥ, ਸਾਡੇ ਬੱਚੇ, ਸਿੱਖ ਪਰਿਵਾਰ ਗੁਰੂ ਪਾਤਸ਼ਾਹ ਦੇ ਸਿਧਾਂਤਾਂ ਨਾਲ ਜੁੜਨ, ਸਮਾਜ ਦੇ ਅੰਦਰ, ਕੌਮ ਦੇ ਅੰਦਰ ਕੋਈ ਡਿਵੈਲਪਮੈਂਟ ਆਵੇ, ਬਿਲਕੁਲ ਬਿਊਟੀਫਾਈ ਹੋਵੇ, ਇੰਪਰੂਵਮੈਂਟ ਆਵੇ। ਆਪਾਂ ਜੋ ਵਿਚਾਰ ਰਹੇ ਸੀ 26 ਪਦਿਆਂ ਦੀ ਵਿਚਾਰ ਆਪਾਂ ਕੀਤੀ, ਇਹ ਹੁਣ 27ਵਾਂ ਪਦਾ ਜੀ। 27ਵੇਂ ਪਦੇ ਦਾ ਜਿਹੜਾ ਇਹ ਸ਼ਬਦ ਹੈ, 27ਵਾਂ ਪਦਾ, ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ 3 ਵਾਰੀ ਆਇਆ ਹੈ। ਓਕੇ। 2-2 ਵਾਰੀ ਤਾਂ ਸ਼ਬਦ ਆਏ ਨੇ ਜੀ। ਇੱਦਾਂ ਕਹਿ ਲਓ ਕਿ ਜਿਵੇਂ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਹੈ, ਇਹ ਵੀ 2 ਵਾਰੀ ਆਇਆ ਜੀ। ਜਪਜੀ ਸਾਹਿਬ ਤੋਂ ਬਾਅਦ 13 ਅੰਗ ਤੱਕ 5 ਸ਼ਬਦ ਨੇ ਸੋ ਦਰ ਦੇ, 4 ਸ਼ਬਦ ਨੇ ਸੋ ਪੁਰਖ ਦੇ ਜੀ, 5 ਸ਼ਬਦ ਨੇ ਸੋਹਿਲਾ ਦੇ, ਇਹ ਸਾਰੇ ਦੇ ਸਾਰੇ 2-2 ਵਾਰੀ ਆਏ ਨੇ ਜੀ। ਪਰ ਆਹ ਜਿਹੜਾ ਸ਼ਬਦ ਹੈ ਇਹ 3 ਵਾਰੀ ਆਇਆ। ਅੱਛਾ ਜੀ। ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਜੀ ਸਾਰੇ ਥਾਵਾਂ 'ਤੇ ਥੋੜ੍ਹਾ ਥੋੜ੍ਹਾ ਸ਼ਬਦਾਂ ਦਾ ਫਰਕ ਹੈ। ਜਿਵੇਂ ਇੱਥੇ ਵਾਰ ਵਾਰ ਗਾਵਾ ਜਿਹੜਾ ਸੋ ਦਰ ਕਿਹਾ ਸੋ ਘਰ ਕਿਹਾ, ਉੱਥੇ ਸੋ ਦਰ 13 ਕਿਹਾ ਸੋ ਘਰ ਕਿਹਾ, ਇਸ ਤਰ੍ਹਾਂ ਦਾ ਥੋੜ੍ਹਾ ਥੋੜ੍ਹਾ ਡਿਫਰੈਂਸ ਹੈ ਜੀ। ਪਰ ਉਹ 3 ਵਾਰੀ ਸ਼ਬਦ ਆਇਆ ਜੀ। ਤਾਂ ਹੁਣ ਇਹ
ਇੱਕ ਟਾਈਟਲ ਵੀ ਹੈ ਗੁਰੂ ਗ੍ਰੰਥ ਸਾਹਿਬ ਦੇ ਅੰਦਰ, ਕਿਉਂਕਿ ਜਦੋਂ ਜਪੁਜੀ ਸਾਹਿਬ ਦੀ ਸਮਾਪਤੀ ਹੁੰਦੀ ਹੈ ਤੁਰੰਤ ਫਿਰ ਆਉਂਦਾ ਜੀ। ਜਿਵੇਂ ਤਿੰਨ ਸੈਕਸ਼ਨਸ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ, ਪਹਿਲੇ ਸੈਕਸ਼ਨ ਦੇ ਵਿੱਚ ਪੇਜ ਨੰਬਰ 1 ਤੋਂ ਲੈ ਕੇ ਪੇਜ ਨੰਬਰ 13, ਯਾਨੀ ਆਪਾਂ ਸ਼ਰਧਾ ਮੁਤਾਬਕ ਪਿਆਰ ਵਿੱਚ ਕਹਾਂਗੇ ਕਿ ਗੁਰਮਤ ਜਿਹੜੇ ਗੁਰੂ ਸਾਹਿਬ ਦੇ ਪਾਵਨ ਅੰਕ, ਕੁਛ ਪਿਆਰੇ ਅੰਗ ਕਹਿ ਦਿੰਦੇ, ਕੁਛ ਅੰਕ ਕਹਿ ਦਿੰਦੇ ਨੇ, ਡਿਬੇਟ ਦਾ ਵਿਸ਼ਾ ਨਾ ਬਣਾਇਆ ਜਾਵੇ, ਜੋ ਵੀ ਸ਼ਰਧਾ ਸਹਿਤ ਸ਼ਬਦ ਵਧੀਆ ਲੱਗਦਾ ਉਹ ਚੁਣ ਲਿਆ ਜਾਵੇ। ਪਾਵਨ ਅੰਗ 1 ਤੋਂ ਲੈ ਕੇ 13 ਤੱਕ ਇੱਕ ਸੈਕਸ਼ਨ ਹੈ ਜੀ, ਇਹਦੇ ਇੱਥੇ ਰਾਗ ਨਹੀਂ ਸ਼ੁਰੂ ਹੁੰਦੇ। ਠੀਕ। 14 ਤੋਂ ਲੈ ਕੇ 1356 ਤੱਕ 31 ਰਾਗ ਆਉਂਦੇ ਨੇ, ਉਦੋਂ ਬਾਅਦ ਫਿਰ ਸ਼ਲੋਕ ਨੇ, ਸੰਸਕ੍ਰਿਤੀ ਸ਼ਲੋਕ ਨੇ, ਭਗਤ ਫਰੀਦ ਜੀ ਦੇ, ਭਗਤ ਕਬੀਰ ਜੀ ਦੇ, 12 ਦੇ ਵਧੀਕ, 9ਵੇਂ ਪਾਤਸ਼ਾਹ ਦੇ, ਇਸ ਤਰ੍ਹਾਂ ਬਾਅਦ ਦਾ ਸੈਕਸ਼ਨ ਲਾਸਟ ਸੈਕਸ਼ਨ ਹੈ। ਇਹ ਜਿਹੜਾ ਪਹਿਲਾ ਸੈਕਸ਼ਨ ਹੈ ਇਹਦੇ 4 ਟਾਈਟਲ ਨੇ ਜੀ, ਜਪ, ਸੋਦਰ, ਸੋਪੁਰਖ, ਸੁਹਿਲਾ। ਮੈਨੂੰ ਇਤਨੀ ਇੰਦਾ ਜੇ ਸਮਝ ਲੱਗੀ, ਜਿਹੜਾ ਜਪ ਹੈ ਉਹ ਜ਼ਿੰਦਗੀ ਜਿਉਣ ਦਾ ਤਰੀਕਾ ਹੈ। ਠੀਕ। ਸੋਦਰ ਸਾਡੀ ਵੇ ਆਫ ਥਿੰਕਿੰਗ ਹੈ, ਉਸ ਬਖਸ਼ਿਸ਼ ਤੱਕ ਪਹੁੰਚਣ ਵਾਸਤੇ, ਵਾਹਿਗੁਰੂ ਦੀ ਬਖਸ਼ਿਸ਼ ਤੱਕ ਪਹੁੰਚਣ ਵਾਸਤੇ ਸਾਡਾ ਸੋਚਣ ਦਾ ਤਰੀਕਾ ਇੱਕ ਦਰ ਹੈ। ਠੀਕ। ਇਸ ਦਰ ਨੂੰ ਸੋਚਣ ਦੇ ਤਰੀਕੇ ਨੂੰ ਕਿਵੇਂ ਬਿਊਟੀਫਾਈ ਕੀਤਾ ਜਾ ਸਕਦਾ ਹੈ, ਕਿਵੇਂ ਇੰਪਰੂਵਮੈਂਟ ਇਹ 'ਚ ਲਿਆਂਦੀ ਜਾ ਸਕਦੀ ਹੈ। ਸੋਪੁਰਖ ਸਾਡਾ ਟਾਰਗੇਟ ਹੈ, ਵਾਹਿਗੁਰੂ ਸੱਚੇ ਪਾਤਸ਼ਾਹ ਮੇਨ ਟਾਰਗੇਟ ਨੇ। ਸੋਹਿਲਾ ਸਾਡੀ ਜ਼ਿੰਦਗੀ ਦਾ ਇੱਕ ਆਨੰਦ ਹੈ ਜੀ, ਸਾਡੀ ਜ਼ਿੰਦਗੀ ਨੂੰ ਸੰਵਾਰਨ ਦਾ ਇੱਕ ਤਰੀਕਾ ਹੈ। ਠੀਕ। ਇਸ ਤਰੀਕੇ ਨਾਲ ਇਹ 4 ਟਾਈਟਲ ਨੇ। ਰਾਈਟ। ਜੇ ਆਪਾਂ ਉਸ ਟਾਈਟਲ ਨਾਲ ਜੋੜ ਕੇ ਦੇਖੀਏ, ਸੋਦਰ ਜੀ, ਸੋਚਣ ਦਾ ਤਰੀਕਾ, ਉਸ ਸੋਚਣ ਦੇ ਤਰੀਕੇ ਦੇ ਵਿੱਚ ਬੈਠ ਕੇ ਵਾਹਿਗੁਰੂ ਸੱਚੇ ਪਾਤਸ਼ਾਹ ਇੱਕ ਕਿਰਪਾ ਕਰਦੇ ਨੇ ਜੀ। ਇੱਥੇ ਬੜੇ ਵਿਸਮਾਦ ਵਿੱਚ, ਆਨੰਦ ਵਿੱਚ ਆ ਕੇ ਕਿਹਾ ਗਿਆ ਸੋ ਦਰ ਕਿਹਾ ਜੀ। ਕਿਹਾ ਸ਼ਬਦ ਆਮ ਤੌਰ 'ਤੇ ਹਿੰਦੀ 'ਚ ਵਰਤਿਆ ਜਾਂਦਾ ਜੀ, ਦੋ ਤਰ੍ਹਾਂ ਨਾਲ ਵਰਤਿਆ ਜਾਂਦਾ। ਇੱਕ ਤਾਂ ਵਰਤਿਆ ਜਾਂਦਾ ਕਿ ਪੁੱਛਿਆ ਜਾਂਦਾ ਕੁਐਸਚਨ ਦੇ ਰੂਪ ਵਿੱਚ, ਫਲਾਨੇ ਦਾ ਘਰ ਕਿਹੋ ਜਿਹਾ। ਇੱਕ ਹੁੰਦਾ ਆਨੰਦ ਵਿੱਚ ਆ ਕੇ, ਵਿਸਮਾਦ ਵਿੱਚ ਆ ਕੇ ਪ੍ਰਭਾਵਿਤ, ਵਾਓ ਕੈਸਾ ਕਮਾਲ ਦਾ। ਇੱਥੇ ਕਿਹਾ ਦਾ ਅਰਥ ਹੈ ਕੈਸਾ ਕਮਾਲ ਦਾ। ਰਾਈਟ। ਵਾਹਿਗੁਰੂ ਜੀ ਤੁਹਾਡਾ ਦਰ ਬੜਾ ਕਮਾਲ ਦਾ, ਕਿਹੜਾ ਦਰ, ਜਿੱਥੋਂ ਦੀ ਲੰਘ ਕੇ ਬਖਸ਼ਿਸ਼ ਪ੍ਰਾਪਤ ਕਰਨੀ ਜੀ। ਜੇ ਅੰਦਰ ਗੱਲ ਕਰੀਏ ਤਾਂ ਉਹ ਸੋਚਣ ਦਾ ਤਰੀਕਾ, ਬਾਹਰ ਗੱਲ ਕਰੀਏ ਤਾਂ ਸਮਝਣ ਦਾ ਤਰੀਕਾ। ਰਾਈਟ। ਦੇਖੋ ਫੁੱਲ ਨੇ, ਬੂਟੇ ਨੇ, ਹਰ ਕੋਈ ਦੇਖਦਾ, ਹਰ ਕੋਈ ਆਨੰਦ ਮਾਣਦਾ ਜੀ, ਇੱਕ ਕਵੀ ਪਹੁੰਚਦਾ। ਠੀਕ ਹੈ। ਤਾਂ ਉਹਦਾ ਇਸ ਨੂੰ ਸਮਝਣ ਦਾ ਤਰੀਕਾ ਵੱਖਰਾ ਹੈ, ਇਹਦੇ ਚੋਂ ਹੀ ਕਵਿਤਾ ਨਿਕਲ ਆਉਂਦੀ ਹੈ। ਠੀਕ ਠੀਕ ਹੈ। ਇੱਕ ਨਸ਼ੇ ਵਾਲਾ, ਉਹਦਾ ਸਮਝਣ ਦਾ ਤਰੀਕਾ ਹੀ ਵੱਖਰਾ ਹੈ, ਇਹਦੇ ਚੋਂ ਹੀ ਨਸ਼ੇ ਦੀ ਭੁੱਖ ਜਗਾ ਲੈਂਦਾ। ਠੀਕ। ਇੱਕ ਅਧਿਆਤਮਿਕਵਾਦੀ ਹੈ, ਇਹਦੇ ਵਿੱਚੋਂ ਹੀ ਉਹ ਰੱਬੀ ਕ੍ਰਿਸ਼ਮਿਆਂ ਨੂੰ ਸਮਝ ਆਉਂਦਾ। ਰਾਈਟ। ਸੋਚਣ ਦਾ ਤਰੀਕਾ ਉਹ ਦਰ ਹੈ ਜਿੱਥੋਂ ਦੀ ਨਿਕਲ ਕੇ ਵਾਹਿਗੁਰੂ ਜੀ ਤੱਕ ਅਤੇ ਉਹਦੀ ਬਖਸ਼ਿਸ਼ ਤੱਕ ਪਹੁੰਚਣਾ। ਠੀਕ। ਵਾਹਿਗੁਰੂ ਜੀ ਬੜਾ ਕਮਾਲ ਦਾ ਹੈ, ਸੋ ਦਰ ਕਿਹਾ। ਇਹ ਤਾਂ ਦਰ ਹੈ ਜਿੱਥੋਂ ਦੀ ਲੰਘਣਾ ਹੈ, ਅੱਗੋਂ ਘਰ ਹੈ, ਘਰ ਜਿੱਥੇ ਉਹ ਬੈਠਾ ਜੀ, ਅਹਿਸਾਸ ਕਰ ਲੈਣਾ ਵਾਹਿਗੁਰੂ ਜੀ ਹਨ ਹਰ ਥਾਂ 'ਤੇ। ਅੱਛਾ। ਇਸੇ ਤਰ੍ਹਾਂ ਹੀ ਆਪਾਂ ਇੱਕ ਸ਼ਬਦ ਵਰਤਦੇ ਗੁਰਦੁਆਰਾ ਜੀ, ਇੱਕ ਸ਼ਬਦ ਵਰਤਦੇ ਗੁਰੂ ਘਰ ਜੀ। ਗੁਰਦੁਆਰਾ ਉੱਥੋਂ ਤੱਕ ਹੈ, ਦਰਵਾਜ਼ਾ ਉੱਥੋਂ ਤੱਕ ਹੈ ਜਿੱਥੋਂ ਤੱਕ ਸਾਡਾ ਸਰੀਰ ਪਹੁੰਚਦਾ। ਠੀਕ। ਆਪਾਂ ਸੰਗਤ ਵਿੱਚ ਗਏ ਜਾਂ ਲੰਗਤ ਸੇਵਾ ਕੀਤੀ, ਉਸ ਤੋਂ ਅੱਗੇ ਸਾਡੀ ਮਾਇੰਡ ਜਰਨੀ ਸ਼ੁਰੂ ਹੋਣੀ ਹੈ। ਆਪਾਂ ਕੀਰਤਨ ਸੁਣਿਆ, ਬੈਠ ਗਏ ਉੱਥੇ, ਕੋਈ ਅੱਗੇ ਬੈਠਾ, ਪਿੱਛੇ ਬੈਠਾ, ਡਜ਼ਨਟ ਮੈਟਰ। ਹੁਣ ਇਸ ਤੋਂ ਬਾਅਦ ਸਮਝਣ ਤੁਰਨਾ, ਉਹ ਉਹਦਾ ਘਰ ਹੈ। ਠੀਕ। ਉਹਦੇ ਘਰ ਵਿੱਚ ਪ੍ਰਵੇਸ਼ ਕਰਨਾ। ਠੀਕ ਹੈ ਜੀ। ਇਸੇ ਤਰ੍ਹਾਂ ਸੋਚਣ ਦਾ ਤਰੀਕਾ ਦਰ ਹੈ, ਉਸ ਤੋਂ ਬਾਅਦ ਅਸੀਂ ਮਹਿਸੂਸ ਕਰਨਾ ਹਰ ਥਾਂ 'ਤੇ ਬੈਠੇ, ਉਹ ਘਰ ਹੈ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਤੁਹਾਡਾ ਦਰ ਕਿੰਨਾ ਕਮਾਲ ਦਾ ਅਤੇ ਤੁਹਾਡਾ ਘਰ ਕਿੰਨਾ ਕਮਾਲ ਦਾ। ਸੋ ਦਰ ਕਿਹਾ, ਸੋ ਘਰ ਕਿਹਾ, ਜਿੱਤ ਵਹਿ ਸਰਬ ਸੰਭਾਲੇ। ਉਹ ਹਰ ਇੱਕ ਦੀ ਸੰਭਾਲ ਉੱਥੇ ਬੈਠ ਕੇ ਕਰ ਰਿਹਾ। ਹੁਣ ਇੱਥੇ ਸਰਬ ਲਿਖਿਆ ਨਾ, ਸਾਰਿਆਂ ਦੀ, ਇਹਦਾ ਮਤਲਬ ਜਿਹੜੇ ਉਸ ਦਰ ਵਿੱਚੋਂ ਦੀ ਪਹੁੰਚੇ ਨੇ। ਇੱਥੇ ਗੱਲ ਉਹ ਵੀ ਨਿਖਰ ਗਈ ਜਿਹੜੀ ਪਿਛਲੇ ਐਪੀਸੋਡ ਆਪਾਂ ਕਰ ਰਹੇ ਸੀ, ਕਿ ਅੱਜ ਸਿੱਖ ਸਿੱਖਣ ਜਾ ਰਹੇ, ਸਾਡੇ ਕਰਮ ਕਾਂਡ ਦੇ ਪ੍ਰਚਾਰ ਨੇ ਇੱਕ ਨੁਕਸਾਨ ਦਿੱਤਾ, ਸਿੱਖਣ ਦਾ ਪ੍ਰੋਸੈਸ ਸਟੱਕ ਹੋ ਗਿਆ। ਰਾਈਟ। ਉਹ ਕਹਿੰਦਾ ਮੈਨੂੰ ਸਿੱਖਣ ਦੀ ਲੋੜ ਨਹੀਂ, ਮੈਂ ਇੱਦਾਂ ਕਰਾਂਗਾ ਬਖਸ਼ਿਸ਼ ਆ ਜਾਏਗੀ, ਇੱਦਾਂ ਕਰਾਂਗਾ ਆ ਜਾਏਗੀ, ਹੈ ਨਾ। ਅਤੇ ਉਹ ਸਿੱਖਣ ਨਹੀਂ ਤੁਰ ਰਿਹਾ, ਸਿੱਖਣ ਨਾਲ ਤੁਰਨ ਕਰਕੇ ਉਹ ਅਧੂਰੀ ਜਾਣਕਾਰੀ 'ਚ ਫਸਦਾ। ਠੀਕ। ਅਗਰ ਕਰਮ ਕਾਂਡ ਨਿਕਲੇ ਨੇ ਤਾਂ ਉਹਦੀ ਇਨਕੰਪਲੀਟ ਅੰਡਰਸਟੈਂਡਿੰਗ ਦੇ ਵਿੱਚੋਂ,
ਠੀਕ ਹੈ ਜੀ। ਤਾਂ ਜੇ ਸਿੱਖਣ ਤੁਰਾਂਗੇ ਜੀ, ਤਾਂ ਜਦੋਂ ਸਿੱਖਣ ਲੱਗਾਂਗੇ ਤਾਂ ਉਹ ਉਹਦਾ ਘਰ ਵਿੱਚ ਪ੍ਰਵੇਸ਼ ਕਰੇਗੀ ਸਾਡੀ ਸੁਰਤ। ਬਿਲਕੁਲ, ਸਿੱਖਣ 'ਤੇ ਹੀ ਜ਼ੋਰ ਦਿੱਤਾ ਗੁਰੂ ਨੇ ਵੀ, ਇਹੀ ਕਿਹਾ ਸਿੱਖੀ ਸਿੱਖਿਆ ਗੁਰ ਵਿਚਾਰ ਕੇ, ਬਈ ਵਿਚਾਰ ਕੇ ਸਮਝ ਕੇ ਜਦੋਂ ਤੂੰ ਬਾਣੀ ਪੜ੍ਹੇਗਾ ਤਾਂ ਤੇਰੀ ਸਿੱਖਿਆ ਜਿਹੜੀ ਹੈਗੀ ਹੈ ਉਹ ਤੈਨੂੰ ਸਮਝ ਆਏਗੀ ਅਤੇ ਤੂੰ ਉਸ ਰਸਤੇ 'ਤੇ ਤੁਰ ਸਕੇਗਾ। ਨਹੀਂ ਤਾਂ ਸਿਰਫ ਜਿਸ ਨੂੰ ਕਹਿੰਦੇ ਹਾਂ ਕਿ ਅਸੀਂ ਸਿਰਫ ਇਨ ਕੋਟਸ ਸ਼ਰਧਾਹੀਨ ਹੀ ਅਸੀਂ ਸਿਰਫ ਕਿਸੇ ਚੀਜ਼ ਨੂੰ ਕਰਦੇ ਰਹਾਂਗੇ ਉਹ ਡਿਵੋਸ਼ਨ ਦੇ ਨਾਲ, ਲੇਕਿਨ ਉਸ ਡਿਵੋਸ਼ਨ ਦਾ ਤਦ ਹੀ ਫਾਇਦਾ ਹੋਏਗਾ ਜੇਕਰ ਅਸੀਂ ਇਸ ਨੂੰ ਸਮਝ ਸਕੀਏ। ਸਮਾਂ ਜੀ ਬ੍ਰੇਕ ਦਾ, ਬ੍ਰੇਕ ਤੋਂ ਬਾਅਦ ਵਾਪਸ ਆ ਰਹੇ ਹਾਂ ਜੀ। ਪਰ ਇੱਕ ਐਸੀ ਥਾਂ ਹੁੰਦੀ ਹੈ ਜਿੱਥੇ ਹਰ ਕੋਈ ਆਪਣੀ ਨਿੱਜੀ ਜ਼ਿੰਦਗੀ ਦੇ ਸੁਨਹਿਰੀ ਪਲ ਯਾਦ ਰੱਖਦਾ ਹੈ, ਉਹ ਜਗ੍ਹਾ ਜਿੱਥੇ ਉਹ ਰਹਿੰਦਾ ਹੈ ਤੇ ਪਿਆਰ ਭਰਿਆ ਜੀਵਨ ਬਤੀਤ ਕਰਦਾ ਹੈ। ਇਹ ਗੱਲਾਂ ਤਾਂ ਹੀ ਪੂਰੀਆਂ ਹੁੰਦੀਆਂ ਨੇ ਜਦ ਕਿਸੇ ਜਗ੍ਹਾ ਨੂੰ ਸਜੇ ਹੋਏ ਘਰ 'ਚ ਬਦਲਿਆ ਜਾਵੇ। ਨਵੇਂ ਘਰਾਂ ਨੂੰ ਫਰੇਮਿੰਗ ਤੋਂ ਲੈ ਕੇ ਫਿਨਿਸ਼ਿੰਗ ਤੱਕ, ਡਰੇਪਰੀ ਪੇਂਟਿੰਗਸ ਤੋਂ ਲੈ ਕੇ ਡੈਕੋਰੇਸ਼ਨ ਅਸੈਸਰੀਜ਼ ਤੱਕ, ਤੁਸੀਂ SK ਹੋਮ ਡਿਜ਼ਾਈਨਸ ਦੀਆਂ ਪ੍ਰੋਫੈਸ਼ਨਲ ਸਰਵਿਸਿਜ਼ ਲੈ ਕੇ ਆਪਣੇ ਸੁਪਨਿਆਂ ਦੇ ਘਰ ਨੂੰ ਹਕੀਕਤ 'ਚ ਬਦਲ ਸਕਦੇ ਹੋ। ਕੰਟੈਕਟ ਕਰੋ ਸੰਦੀਪ ਕੌਰ 604-825-9295। ਇਹ ਅਧਿਆਤਮਿਕ ਸੈਗਮੈਂਟ AMC ਇੰਸ਼ੋਰੈਂਸ ਵੱਲੋਂ ਸਪਾਂਸਰ ਕੀਤਾ ਗਿਆ ਹੈ। 604-507-6666। ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਆਪ ਸਭ ਦਾ ਅੱਜ ਦੇ ਸੈਗਮੈਂਟ ਵਿੱਚ। ਭਾਈ ਸਾਹਿਬ ਨਾਲ ਜੋ ਸਾਂਝ ਪਾਈ ਜਾ ਰਹੀ ਗੁਰਬਾਣੀ ਵਿਚਾਰਾਂ ਦੀ, ਆਓ ਮੁੜ ਤੋਂ ਸ਼ਾਮਿਲ ਹੋਈਏ ਅਤੇ ਗੁਰੂ ਦੇ ਬਖਸ਼ਿਸ਼ ਦੇ ਪਾਤਰ ਕਿਵੇਂ ਬਣਨਾ, ਕਿਸ ਤਰੀਕੇ ਨਾਲ ਅਸੀਂ ਇਸ ਸੋਚ ਨੂੰ ਉਜਾਗਰ ਕਰਕੇ ਆਪਣੇ ਜੀਵਨ ਵਿੱਚ ਲੈ ਕੇ ਆਉਣਾ, ਉਸ ਬਾਰੇ ਗੱਲ ਕਰ ਰਹੇ ਸੀ। ਸੋਦਰ ਦਾ ਕੋਨਸੈਪਟ ਬਹੁਤ ਇੰਪੋਰਟੈਂਟ ਹੈ, ਆਓ ਹੋਰ ਜਾਣਕਾਰੀ ਲੈਂਦੇ ਹਾਂ ਜੀ ਭਾਈ ਸਾਹਿਬ ਜੀ। ਹਾਂਜੀ, ਥੈਂਕ ਯੂ ਵੀਰ ਜੀ। ਹੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ, ਸੋਚਣ ਦਾ ਤਰੀਕਾ ਜਿਹਨੂੰ ਅਸੀਂ ਗੁਰਮਤ ਕਹਿੰਦੇ ਹਾਂ ਜੀ, ਇਹਦਾ ਦਰ ਹੈ, ਰਾਈਟ, ਬਾ ਕਮਾਲ ਹੈ। ਇਸ ਗੁਰਮਤ ਦੇ ਦਰ ਦੇ ਵਿੱਚੋਂ ਦੀ ਲੰਘ ਕੇ ਜਦੋਂ ਗੁਰਸਿੱਖੀ ਪ੍ਰਾਪਤ ਕਰਨੀ ਹੈ ਅਤੇ ਗੁਰਸਿੱਖੀ ਨੂੰ ਜਿਉਣਾ, ਮੇਰੇ ਗੁਰੂ ਪਾਤਸ਼ਾਹ ਦੇ ਉਸ ਖਜ਼ਾਨੇ ਨੂੰ ਸਮਝਣਾ ਅਤੇ ਰੱਬ ਦੀ ਹੋਂਦ ਨੂੰ ਸਮਝਣਾ ਅਤੇ ਉਸਨੂੰ ਜ਼ਿੰਦਗੀ 'ਚ ਅਨੁਭਵ ਕਰਕੇ ਜਿਉਣਾ, ਉਹ ਘਰ ਤੇਰਾ ਬੜਾ ਕਮਾਲ ਦਾ। ਠੀਕ, ਇਸ ਦਰ ਦੇ ਵਿੱਚ ਅਤੇ ਇਸ ਘਰ ਦੇ ਵਿੱਚ ਬੈਠ ਕੇ ਤੂੰ ਸੰਭਾਲਦਾ ਕਿਹਨੂੰ, ਜਿਹੜਾ ਇਸ ਦਰ ਵਿੱਚ ਪ੍ਰਵੇਸ਼ ਕਰਦਾ, ਇਸ ਘਰ ਵਿੱਚ ਪ੍ਰਵੇਸ਼ ਕਰਦਾ। ਹੁਣ ਇੱਥੇ ਸਰਬ ਦੇ ਅਰਥ ਤਾਂ ਸਾਰੇ ਹੈ ਜੀ, ਸਾਰਿਆਂ ਨੂੰ ਸੰਭਾਲਦਾ, ਪਰ ਨਾਲ ਸ਼ਬਦ ਦੇ ਤਾਂ ਦਰ ਅਤੇ ਘਰ। ਹੁਣ ਜਿਹੜਾ ਵੀ ਇਸ ਵਿੱਚ ਪ੍ਰਵੇਸ਼ ਕਰਦਾ ਦਰ ਅਤੇ ਘਰ ਵਿੱਚ, ਉਹਨੂੰ ਇਸ ਸਮਾਜ ਨੂੰ ਦੇਖਣ ਦਾ ਨਜ਼ਰੀਆ ਚੇਂਜ ਹੋ ਜਾਂਦਾ, ਉਹਨੂੰ ਕੀ ਮਹਿਸੂਸ ਹੁੰਦਾ, ਵਾਜੇ ਨਾਦ ਅਨੇਕ ਅਸੰਖਾਂ। ਨਾਦ ਹੁੰਦਾ ਆਵਾਜ਼, ਇੱਕ ਆਵਾਜ਼ ਉਹ ਹੈ ਜਿਹੜੀ ਵਰਲਡਿੰਗ ਵਿੱਚ ਆਉਂਦੀ ਹੈ, ਉਹ ਰਿਕਾਰਡ ਕੀਤੀ ਜਾ ਸਕਦੀ ਹੈ। ਠੀਕ ਹੈ ਜੀ, ਤੁਸੀਂ ਕਿਸੇ ਨੂੰ ਦੇਖਿਆ, ਚੰਗੇ ਬੰਦੇ ਨੂੰ ਦੇਖਿਆ, ਤੁਹਾਡੇ ਅੰਦਰ ਹੀ ਇੱਕ ਆਵਾਜ਼ ਉੱਠੀ, ਮੈਂ ਵੀ ਚੰਗਾ ਬਣਾ ਜੀ, ਉਹ ਰਿਕਾਰਡ ਨਹੀਂ ਹੋ ਸਕਦੀ, ਠੀਕ, ਉਹ ਰਿਕਾਰਡਿੰਗ ਨਹੀਂ ਹੋ ਸਕਦੀ, ਉਹ ਵੀ ਇੱਕ ਨਾਦ ਹੈ। ਠੀਕ ਹੈ ਜੀ, ਮਾਂ ਆਪਣੇ ਪੁੱਤ ਨੂੰ, ਆਪਣੀ ਧੀ ਨੂੰ ਜਾਂ ਪਿਤਾ ਕਹਿੰਦੇ ਨੇ, ਪੁੱਤਰਾ ਇਹਨਾਂ ਚੀਜ਼ਾਂ ਤੋਂ ਬਚ ਜੀ, ਜੀ ਉਹ ਜਵਾਨੀ ਦੇ ਜੋਸ਼ ਵਿੱਚ ਨਹੀਂ ਸੁਣਦੇ। ਠੀਕ ਹੈ, ਬਾਅਦ ਵਿੱਚ ਸਮਾਂ ਚੱਲਦਾ ਗਿਆ, ਉਹ ਕਹਿਣ ਵਾਲੀ ਮਾਂ ਜਾਂ ਕਹਿਣ ਵਾਲਾ ਪਿਤਾ ਸੰਸਾਰ ਤੋਂ ਚੱਲਿਆ ਗਿਆ ਜੀ, ਉਹਨੂੰ ਜ਼ਿੰਦਗੀ ਦੀਆਂ ਦੁੱਖਾਂ ਦੀਆਂ ਮਾਰਾਂ ਪਈਆਂ, ਜ਼ਿੰਦਗੀ ਦੇ ਅਪ ਐਂਡ ਡਾਊਨ ਆਏ, ਤਾਂ ਉਹਨੂੰ ਕਿਸੇ ਵੇਲੇ ਸਮਝ ਲੱਗੀ ਕਿ ਮੇਰੀ ਮਾਂ ਠੀਕ ਕਹਿੰਦੀ ਸੀ, ਮੇਰੇ ਪਿਤਾ ਠੀਕ ਕਹਿੰਦੇ ਸੀ। ਉਹ ਜਿਹੜੀ ਅੰਦਰ ਆਵਾਜ਼ ਉੱਠ ਰਹੀ ਹੈ ਉਹ ਵੀ ਇੱਕ ਨਾਦ ਹੈ। ਠੀਕ, ਠੀਕ ਹੈ ਜੀ। ਫਿਰ ਅਸੀਂ ਸੁਣਿਆ ਫਰੀਦਾ, ਬੁਰੇ ਦਾ ਭਲਾ ਕਰ, ਗੁੱਸਾ ਮਾਨਾ ਹੰਡਾਏ ਜੀ, ਤੁਸੀਂ ਚੰਗਾ ਕੰਮ ਕਰਨ ਤੁਰੇ ਤਾਂ ਤੁਹਾਡੇ ਚੰਗੇ ਕੰਮਾਂ ਦਾ ਵਿਰੋਧ ਹੋਇਆ ਜੀ। ਇੱਥੇ ਮੈਂ ਗੱਲ ਹੋਰ ਕਹਿਣੀ ਚਾਹਾਂਗਾ ਵੀਰ ਜੀ, ਜ਼ਿੰਦਗੀ ਵਿੱਚ ਮਾੜੇ ਕੰਮ ਵੀ ਕਦੀ ਪਹਿਲਾਂ ਸ਼ੁਰੂਆਤ ਹੁੰਦੀ ਹੈ ਉਹਦੀ, ਚੰਗੇ ਕੰਮਾਂ ਦੀ ਵੀ ਕਦੀ ਸ਼ੁਰੂਆਤ ਹੁੰਦੀ ਹੈ। ਬਿਲਕੁਲ, ਇੱਕ ਕਮਾਲ ਦਾ ਕ੍ਰਿਸ਼ਮਾ, ਜਦੋਂ ਪਹਿਲਾਂ ਬੁਰੇ ਕੰਮ ਸ਼ੁਰੂ ਹੋਏ ਤਾਂ ਕੁਛ ਲੋਕ ਵਿਰੋਧ ਕਰਦੇ ਨੇ, ਭਲੇ ਉਹ ਮਾਨਸੋ ਨੁਕਸਾਨ ਠਾਉਂਗੇ, ਪਰ ਉਹਨਾਂ ਦੀ ਸੁਣੀ ਕਿਸੇ ਨੇ ਨਹੀਂ ਜੀ। ਠੀਕ ਹੈ ਜੀ, ਉਹ ਕਹਿ ਕੇ ਚਲੇ ਗਏ, ਸੰਸਾਰ ਤੋਂ ਚਲੇ ਗਏ, ਬੁਰੇ ਕੰਮ ਵੱਧਦੇ ਗਏ। ਬਾਅਦ ਦੇ ਵਿੱਚ ਲੋਕ ਯਾਦ ਕਰਦੇ ਨੇ, ਯਾਰ ਉਹਨਾਂ ਕਿਹਾ ਸੀ, ਉਦੋਂ ਮੰਨ ਲੈਂਦੇ ਆਉਣਾ ਹੁੰਦਾ, ਇਹਦਾ ਮਤਲਬ ਉਹਨਾਂ ਦਾ ਵਿਰੋਧ ਕਰਨਾ, ਬੁਰੇ ਕੰਮ ਦਾ ਵਿਰੋਧ ਕਰਨਾ ਕਿ ਹਿਸਟਰੀ ਬਣ ਗਿਆ, ਉਹ ਸੁਨਹਿਰੀ ਪੰਨਿਆਂ 'ਤੇ ਚਲੇ ਗਏ। ਠੀਕ ਹੈ, ਕਦੇ ਚੰਗੇ ਕੰਮ ਹੁੰਦੇ ਨੇ ਅਤੇ ਚੰਗੇ ਕੰਮਾਂ ਦਾ ਵਿਰੋਧ ਕਰਦੇ ਨੇ ਜੀ, ਡਜ਼ਨਟ ਮੈਟਰ, ਉਹ ਜੈਲਸ ਹੋ ਕੇ ਕਰਦੇ ਨੇ, ਉਹ ਹੰਕਾਰ ਵਿੱਚ ਕਰਦੇ ਨੇ, ਉਹ ਇੱਕ ਇਨਸਿਕਿਉਰਿਟੀ ਫੀਲ ਕਰਦੇ ਨੇ ਆਪਣੇ ਸਟੇਟਸ ਦੀ, ਆਪਣੀ ਇਨਕਮ ਦੀ, ਉਹ ਇਸ ਦਾ ਵਿਰੋਧ ਕਰਦੇ ਨੇ, ਤਾਂ ਉਹ ਕੰਮ ਚੰਗੇ ਕੰਮ ਹਮੇਸ਼ਾ ਫੈਲਣਗੇ, ਕਿਉਂਕਿ ਕੂੜ ਨਖੁੱਟਿਆ ਨਾਨਕਾ ਉੜਕ ਸੱਚ ਰਹੀ, ਤਾਂ ਉਹਨਾਂ ਦੀ ਇੱਕ ਵੱਖਰੀ ਹਿਸਟਰੀ ਬਣਦੀ ਹੈ। ਠੀਕ ਹੈ ਜੀ, ਹੁਣ ਉਸ ਹਿਸਟਰੀ ਨੂੰ ਸਾਹਮਣੇ ਰੱਖ ਕੇ
ਮਨ ਵਿੱਚ ਖਿਆਲ ਆਉਂਦਾ ਮਨਾ ਉਹ ਬੰਦਾ ਬੁਰੇ ਕੰਮਾਂ ਦਾ ਵਿਰੋਧ ਕਰਦਾ ਸੀ ਜੀ, ਉਹ ਦੇਖੋ ਉਹਦਾ ਅਸਰ, ਉਹਦੀ ਪੀੜ੍ਹੀ ਕਿੰਨੀ ਵਧੀਆ ਨਿਕਲ ਗਈ, ਬਚ ਗਈ, ਬਾਕੀ ਸਾਰੇ ਰੁੜ ਗਏ। ਠੀਕ। ਦੂਸਰੇ ਪਾਸੇ ਕਹਿੰਦੇ ਯਾਰ ਉਹ ਬੰਦਾ ਦੇਖੋ ਚੰਗੇ ਕੰਮਾਂ ਦਾ ਵਿਰੋਧ ਕਰਦਾ ਸੀ, ਅੱਜ ਉਹਦੇ ਅਗਲੀ ਪੀੜ੍ਹੀ ਵੀ ਸ਼ਰਮਿੰਦੀ ਹੋ ਰਹੀ ਹੈ। ਉਹ ਜਿਹੜੇ ਤੁਹਾਡੇ ਅੰਦਰ ਵਿਚਾਰ ਉੱਠ ਰਹੇ ਨੇ ਪੋਜ਼ਿਟਿਵਿਟੀ ਨੈਗੇਟਿਵਿਟੀ ਤੋਂ, ਉਹਦੇ ਵੀ ਆਪਣੇ ਇੱਕ ਨਾਦ ਵੱਜ ਰਹੇ ਨੇ। ਠੀਕ। ਇਹ ਵੀ ਇੱਕ ਨਾਦ ਹੈ। ਠੀਕ ਹੈ। ਓਕੇ, ਹੁਣ ਉਸ ਕੰਸੈਪਟ ਨਾਲ ਜੋੜ ਕੇ ਦੇਖੋ, ਚੰਗੇ ਕੰਮ ਤੁਸੀਂ ਕਰਦੇ ਹੋ, ਤੁਹਾਡਾ ਵਿਰੋਧ ਕਰ ਰਹੇ ਆ, ਤਾਂ ਮਨ ਵਿੱਚ ਇੱਕ ਵਾਰੀ ਤਾਂ ਅੱਗ ਜੀ ਲੱਗ ਜਾਂਦੀ ਹੈ। ਬਿਲਕੁਲ। ਵੀ ਚੰਗੇ ਕੰਮਾਂ ਦਾ ਵਿਰੋਧ ਕਿਉਂ ਕਰਦਾ? ਕਈ ਵਾਰੀ ਉਹ ਵਿਰੋਧ ਕਰਦਾ ਜਿਹਦਾ ਅਸੀਂ ਕੁਛ ਦੇਣਾ ਵੀ ਨਹੀਂ ਕਦੀ। ਜੀ। ਠੀਕ ਹੈ ਜੀ। ਨਾ ਅਸੀਂ ਉਹਦਾ ਕੁਛ ਦੇਣਾ, ਨਾ ਅਸੀਂ ਉਹਦਾ ਕੁਛ ਦੱਬਿਆ, ਅਤੇ ਨਾ ਉਹਦੇ ਘਰ ਦਾ ਕਦੀ ਪਾਣੀ ਪੀਤਾ, ਪਰ ਫਿਰ ਵੀ ਉਹ ਵਿਰੋਧ ਕਰ ਰਿਹਾ, ਅੰਦਰ ਗੁੱਸਾ ਹੁੰਦਾ। ਅਤੇ ਪੰਗਤੀ ਯਾਦ ਆ ਗਈ, ਫਰੀਦਾ ਬੁਰੇ ਦਾ ਭਲਾ ਕਰ, ਗੁੱਸਾ ਮਨ ਨਾ ਹਟਾਏ, ਦੇਹੀ ਰੋਗ ਨਾ ਲੱਗੇ, ਪੱਲਾ ਸਭ ਕੁਛ ਪਾਏ। ਫਿਰ ਪੰਗਤੀ ਯਾਦ ਆ ਗਈ ਕਿ ਹਰ ਜਨ ਰਾਮ ਨਾਮ ਗੁਣ ਗਾਵੈ, ਜੇ ਕੋਈ ਨਿੰਦ ਕਰੇ ਹਰ ਜਨ ਕੀ, ਆਪਣਾ ਗੁਣ ਨਾ ਗਵਾਵੈ। ਉਹ ਜਿਹੜੀਆਂ ਪੰਗਤੀਆਂ ਯਾਦ ਆਉਂਦੀਆਂ, ਇਹ ਵੀ ਯਾਦ ਹੈ। ਬਿਲਕੁਲ। ਯਾਨੀ ਜਦੋਂ ਇਸ ਵੇ ਆਫ ਥਿੰਕਿੰਗ, ਗੁਰਮਤ ਜਿਹਨੂੰ ਅਸੀਂ ਕਹਿੰਦੇ ਗੁਰਮਤ ਵਾਲੀ ਥਿੰਕਿੰਗ ਵਿੱਚ ਪ੍ਰਵੇਸ਼ ਕਰਾਂਗੇ, ਉਸਦਾ ਉਹਦਾ ਦਾਰਾ ਹੈ, ਗੁਰਸਿੱਖੀ ਵਿੱਚ ਪ੍ਰਵੇਸ਼ ਕਰਾਂਗੇ, ਰੀਅਲ ਗੁਰਸਿੱਖੀ, ਗੁਰਬਾਣੀ ਦੀਆਂ ਸਿੱਖਿਆਵਾਂ ਅਨੁਸਾਰ ਜੀਵਨ ਜਿਉਣਾ, ਸਿੱਖੀ ਸਿੱਖਿਆ ਗੁਰ ਵਿਚਾਰ, ਅਤੇ ਉਹਦਾ ਘਰ ਹੈ, ਤਾਂ ਪਤਾ ਲੱਗੇਗਾ ਇਹ ਤਾਂ ਬਾਹਰ ਵੀ ਅੰਦਰ ਵੀ ਗਿਆਨ ਦੇ ਮੈਸੇਜ ਨਾਦ ਬਣ ਕੇ ਵੱਜ ਰਹੇ ਨੇ। ਇੱਕ ਨਹੀਂ, ਸੋ ਦਰ ਕਿਹਾ ਸੋ ਕਰ ਕਿਹਾ, ਜਿੱਤ ਵਹਿ ਸਰਬ ਸੰਭਾਲੇ, ਵਾਜੇ ਨਾਦ ਅਨੇਕ ਅਸੰਖਾਂ, ਕੇਤੇ ਵਾਵਣ ਹਾਰੇ। ਠੀਕ। ਆਹ ਚੀਜ਼ ਬੜੀ ਕਮਾਲ ਦੀ ਹੈ ਮਨ ਨੂੰ ਮੈਨੇਜ ਕਰਨ ਵਾਲੀ। ਜੇ ਪਤਾ ਲੱਗ ਗਿਆ ਨਾ ਉਹ ਮੇਰਾ ਵਿਰੋਧ ਕਰ ਰਿਹਾ, ਇਹ ਵਿਰੋਧ ਨਹੀਂ ਹੋ ਰਿਹਾ, ਵਾਹਿਗੁਰੂ ਸੱਚੇ ਪਾਤਸ਼ਾਹ ਮੈਨੂੰ ਮਜ਼ਬੂਤ ਕਰਨ ਵਾਸਤੇ ਇੱਕ ਮੈਸੇਜ ਦੇ ਰਹੇ ਨੇ, ਸੁਚੇਤ ਹੋ ਜਾ ਅਤੇ ਵਿਸ਼ਵਾਸ ਕਰ, ਕੂੜ ਨਖੁੱਟਿਆ ਨਾਨਕਾ ਉੜਕ ਸੱਚ ਰਹੀ, ਤਾਂ ਮੈਨੇ ਅੰਦਰੋਂ ਨਾਦ ਵੱਜਿਆ, ਅਤੇ ਉਹ ਨਾਦ ਨੂੰ ਵਜਾਉਣ ਵਾਲਾ ਕੌਣ ਹੈ? ਤੁਹਾਡਾ ਵਿਰੋਧ ਕਰਨ ਵਾਲਾ। ਠੀਕ। ਕਹਿੰਦੇ ਕਮਾਲ ਦੇ ਕੰਸੈਪਟ, ਤਾਂ ਉਹ ਤੁਹਾਡੇ ਅੰਦਰ ਗਿਆਨ ਉਪਦੇਸ਼ ਦੇ ਨਾਦ ਵੱਜਣੇ, ਰਾਈਟ, ਉਹਦੇ ਵਾਵਣ ਹਾਰੇ। ਕੋਈ ਹੈਪਨਿੰਗ ਵੀ ਹੋ ਸਕਦੀ ਹੈ, ਕੋਈ ਵਿਅਕਤੀ ਵੀ ਹੋ ਸਕਦਾ ਹੈ, ਕੁਛ ਵੀ ਹੋ ਸਕਦਾ, ਜਿਸ ਰਾਹੀਂ ਉਹ ਵੱਜ ਰਹੇ ਨੇ, ਵਾਹਿਗੁਰੂ ਜੀ ਕੈਸਾ ਕਮਾਲ ਦਾ ਤੁਹਾਡਾ ਕ੍ਰਿਸ਼ਮਾ, ਕਿੱਦਾਂ ਅੰਦਰ ਉਪਦੇਸ਼ ਦੇ ਨਾਦ ਵੱਜ ਰਹੇ ਨੇ। ਕੇਤੇ ਰਾਗ ਪਰੀ ਸੋ ਕਹੀਅਨ, ਕੇਤੇ ਗਾਵਣ ਹਾਰੇ। ਇੱਕ ਤਾਂ ਰਾਗ ਉਹ ਨੇ ਜਿਹੜੇ ਗਿਣਤੀ 'ਚ ਨੇ, 31 ਰਾਗ ਨੇ ਜੀ, ਇਹ ਮਿਸ਼ਰਤ ਰਾਗ ਨੇ ਜੀ, ਇਹ ਇੱਦਾਂ ਦੇ ਰਾਗ ਨੇ, ਉਹ ਤਾਂ ਗਿਣਤੀਆਂ ਨੇ। ਠੀਕ ਹੈ ਜੀ। ਇੱਕ ਰਾਗ ਹੋਰ ਹੈ, ਮਾਂ ਆਪਣੇ ਪੁੱਤ ਨੂੰ ਆਪਣੀ ਧੀ ਨੂੰ ਸਮਝਾਉਂਦੇ ਹੈ ਜੀ, ਜੇ ਉਹ ਆਗਿਆਕਾਰੀ ਹੈ ਤਾਂ ਉਹਨੂੰ ਆਪਣੇ ਮਾਤਾ ਪਿਤਾ ਦੀ ਆਵਾਜ਼ ਬਹੁਤ ਮਿੱਠੀ ਲੱਗਦੀ ਹੈ ਜੀ। ਉਹ ਜਿਹੜੀ ਮਿਠਾਸ ਹੈ ਨਾ, ਮਾਤਾ ਪਿਤਾ ਦੀਆਂ ਸਿੱਖਿਆਵਾਂ ਵੀ ਜ਼ਿੰਦਗੀ ਦਾ ਉਹ ਰਾਗ ਹੈ ਜਿਹੜੀਆਂ ਇੱਕ ਦਿਨ ਜ਼ਿੰਦਗੀ ਨੂੰ ਹੀ ਰਾਗ ਬਣਾ ਦੇਣਗੀਆਂ। ਬਿਲਕੁਲ। ਦੇਖੋ ਕੈਸੇ ਆਨੰਦ ਵਿੱਚ ਜਿਉਂਗਾ ਗੁਰਸਿੱਖ, ਕਿ ਉਹਦੇ ਰਾਗ ਅਣਗਿਣਤ ਨੇ। ਕੇਤੇ ਰਾਗ ਪਰੀ ਸਿਉਂ ਗਾਵ ਕਹੀਆਂ ਕਹੀਆਂ ਕੇਤੇ ਗਾਵਣ ਹਾਰੇ, ਕੇਤੇ ਰਾਗ ਪਰੀ ਸਿਉਂ ਕਹੀਆਂ ਕੇਤੇ ਗਾਵਣ ਹਾਰੇ ਜੀ, ਅਤੇ ਇਹਨੂੰ ਗਾਉਣ ਵਾਲੇ ਵੱਖਰੇ ਨੇ। ਰਾਈਟ। ਜਿਹਨੂੰ ਮਾਤਾ ਪਿਤਾ ਦੀਆਂ ਸਿੱਖਿਆਵਾਂ ਰਾਗ ਲੱਗਦੀਆਂ ਨੇ, ਉਹਨੂੰ ਮਾਤਾ ਪਿਤਾ ਰਾਗ ਵਜਾਉਣ ਵਾਲੇ ਠੀਕ ਲੱਗਦੇ ਨੇ, ਗਾਵਣ ਹਾਰੇ। ਠੀਕ ਹੈ। ਇਹਨੂੰ ਇੱਦਾਂ ਕਹਿ ਲਓ ਕਿ ਜਦੋਂ ਕੋਈ ਆਈਡੀਅਲ ਬਣਦਾ, ਉਹਨੂੰ ਪੁੱਛਿਆ ਜਾਂਦਾ ਹੈ ਤੇਰੀ ਜ਼ਿੰਦਗੀ ਪਿਆਰਿਆ ਦੁਨੀਆ ਲਈ ਇੱਕ ਗੀਤ ਹੈ। ਠੀਕ। ਠੀਕ ਹੈ। ਉਹ ਕਹਿੰਦਾ ਮੇਰੇ ਇਸ ਗੀਤ ਦੀ, ਮੇਰੇ ਜ਼ਿੰਦਗੀ ਇੱਕ ਸਾਜ਼ ਬਣ ਗਈ ਹੈ, ਇਸ ਸਾਜ਼ ਨੂੰ ਵਜਾਉਣ ਵਾਲੀ ਮੇਰੀ ਮਾਂ ਹੈ ਜੀ, ਇਹ ਸਾਜ਼ ਨੂੰ ਵਜਾਉਣ ਵਾਲਾ ਮੇਰਾ ਪਿਤਾ ਹੈ। ਕੋਈ ਕਹਿੰਦਾ ਮੈਨੂੰ ਇਹ ਮੇਰੀ ਜ਼ਿੰਦਗੀ ਦੇ ਸਾਜ਼ ਨੂੰ ਵਜਾਉਣ ਵਾਲਾ ਮੇਰਾ ਟੀਚਰ ਹੈ। ਠੀਕ। ਅਤੇ ਕੋਈ ਕਹਿੰਦਾ ਇਸ ਜ਼ਿੰਦਗੀ ਦੇ ਸਾਜ਼ ਨੂੰ ਵਜਾਉਣ ਵਾਲੇ ਮੇਰੇ ਗੁਰੂ ਸਾਹਿਬ ਨੇ। ਏਵ ਕਹਿ ਸੁਹਾਗਣੀ ਭੈਣੇ, ਕਿੰਨੀ ਬਾਤੀ ਸੋ ਪਾਈ ਹੈ, ਆਪ ਗਵਾਈ ਹੈ ਤਾਂ ਸੋ ਪਾਈ ਹੈ, ਔਰ ਕੈਸੀ ਚਤਰਾਈ। ਬਿਲਕੁਲ। ਇਸ ਤਰ੍ਹਾਂ ਇਹ ਜ਼ਿੰਦਗੀ ਇੱਕ ਰਾਗ ਹੈ, ਅਣਗਿਣਤ ਤਰ੍ਹਾਂ ਦੇ ਅੰਦਰ ਉਪਦੇਸ਼ ਰੂਪੀ ਰਾਗ ਵੱਜਦੇ ਨੇ ਸੰਸਾਰ ਦੇ ਅੰਦਰ ਵੱਖ ਵੱਖ। ਇੱਕ ਦੇਖਿਆ ਜਾਵੇ ਤਾਂ ਜਿਹੜਾ ਆਨੰਦ ਮਾਣਦਾ ਵੀਰ ਜੀ, ਹਵਾ ਟਕਰਾਉਂਦੀ ਪੱਤਿਆਂ ਨਾਲ, ਪੱਤਿਆਂ ਦੀ ਆਵਾਜ਼ ਆਉਂਦੀ ਹੈ, ਉਸ ਨਾਲ ਵੀ ਝੂਮਦਾ ਹੈ। ਬਿਲਕੁਲ। ਜਦੋਂ ਕਿਤੇ ਗੁਰੂ ਪਾਤਸ਼ਾਹ ਨੇ ਕਿਹਾ ਹੋਏਗਾ, ਕਿੰਨੇ ਆਨੰਦ ਵਿੱਚ ਵਜ਼ਦ ਵਿੱਚ ਆ ਕੇ ਕਿਹਾ ਹੋਏਗਾ, ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲੱਖਿਆ। ਬਿਲਕੁਲ। ਹੈ ਨਾ। ਗੁਰੂ ਸਾਹਿਬ 'ਤੇ ਜਦੋਂ ਦੇਖਦੇ ਨੇ ਬਾਬਰ ਆਉਂਦਾ ਹੈ, ਉੱਥੇ ਇੰਨਾ ਘਮਸਾਨ ਮੱਚਦਾ ਹੈ,
ਲੋਥਾਂ ਪਈਆਂ ਨੇ, ਡੈੱਡ ਬੋਡੀਜ਼ ਪਈਆਂ ਨੇ, ਖੂਨ ਡੁੱਲਿਆ ਹੋਇਆ, ਲੁੱਟ ਲਿਆ ਸਾਰਾ ਸ਼ਹਿਰ, ਸਾਰਾ ਤਬਾਹ ਕਰ ਦਿੱਤਾ ਗਿਆ। ਉਹ ਗੱਲ ਦਾ ਜ਼ਿਕਰ ਕਰ ਰਹੇ ਨੇ ਗੁਰੂ ਪਾਤਸ਼ਾਹ, ਅਤੇ ਉੱਥੇ ਕਹਿੰਦੇ ਨੇ ਖੂਨ ਕੇ ਸੋਹਲੇ ਗਾ ਵੀ ਹੈ ਨਾਨਕ, ਰੱਬ ਦੇ ਪਿਆਰ ਵਿੱਚ ਭਿੱਜ ਕੇ ਗਾਉਂਦੇ ਨੇ ਜੀ। ਇਹ ਇੱਕ ਜਾਣੀ ਗੁਣਾਂ ਵਿੱਚੋਂ ਦੀ, ਬਖਸ਼ਿਸ਼ ਵਿੱਚੋਂ ਦੀ ਲੰਘ ਕੇ ਕਰਮ ਕਾਂਡ ਤੋਂ ਉੱਪਰ ਉੱਠ ਕੇ ਜਿਹੜੇ ਪਿਛਲੇ ਪਦੇ ਨੇ ਉਹਨੂੰ ਜ਼ਿੰਦਗੀ 'ਚ ਜਿਉਂ ਕੇ ਉਸ ਅਵਸਥਾ ਵਿੱਚ ਪਹੁੰਚੇ, ਜਿਸ ਅਵਸਥਾ ਵਿੱਚ ਮਹਿਸੂਸ ਹੋਇਆ ਕਿ ਉਹਦੇ ਰਾਗ ਅਣਗਿਣਤ ਨੇ, ਵਜਾਉਣ ਵਾਲੇ ਅਣਗਿਣਤ ਨੇ, ਇੱਥੋਂ ਤੱਕ ਕਿ ਗਾਵਾਂ ਤੁਹਨੂੰ ਪੌਣ ਪਾਣੀ ਬੈਸੰਤਰ, ਗਾਵੈ ਰਾਜਾ ਧਰਮ ਦੁਆਰੇ। ਪਾਣੀ ਆਪਾਂ ਪਿੱਛੇ ਜ਼ਿਕਰ ਕੀਤਾ ਸੀ ਇੱਕ ਐਪੀਸੋਡ 'ਚ, ਮੱਛੀ ਪਾਣੀ ਨਾਲ ਪ੍ਰੀਤ ਕਰਦੀ ਹੈ, ਚਰਚਾ ਲੋਕ ਕਰਦੇ ਨੇ, ਉਹਦਾ ਪ੍ਰੀਤ ਕਰਨਾ ਹੀ ਉਹਦੀ ਜ਼ਿੰਦਗੀ ਗਾ ਰਹੀ ਹੈ ਕਿ ਪ੍ਰੀਤ ਹੁੰਦੀ ਕੀ ਹੈ। ਇੱਥੇ ਮੈਂ ਫਿਰ ਬੇਨਤੀ ਕਰਾਂਗਾ, ਜਿਹੜੇ ਕੌਮ ਲਈ ਕੁਛ ਕਰਦੇ ਨੇ, ਜਿਹੜੀਆਂ ਸੁਸਾਇਟੀ ਲਈ ਕੁਛ ਕਰਦੇ ਨੇ, ਪਿਆਰਿਓ ਸਾਨੂੰ ਦੱਸਣ ਦੀ ਲੋੜ ਨਹੀਂ। ਜੇ ਸਾਡਾ ਕੋਈ ਵਿਰੋਧ ਕਰੇ ਜੀ, ਅਣ ਹੋਇਆ ਤੁਹਾਡੇ 'ਤੇ ਕੋਈ ਦੋਸ਼ ਲਾਵੇ, ਕੋਲੋਂ ਬਣਾ ਕੇ ਤੁਹਾਡੀ ਤੁਹਾਡੇ ਬਾਰੇ ਕੋਈ ਵਿਰੋਧ ਕਰੇ, ਫਿਕਰ ਕਰਨ ਦੀ ਲੋੜ ਨਹੀਂ। ਇੱਕੋ ਹੀ ਗੱਲ ਕਹਿ ਦਿਓ, ਮੈਨੂੰ ਸਪਸ਼ਟੀਕਰਨ ਦੇਣ ਦੀ ਲੋੜ ਨਹੀਂ ਹੈ, ਮੇਰਾ ਕਰਮ ਬੋਲਦਾ ਹੈ, ਠੀਕ, ਮੇਰੀਆਂ ਐਕਟੀਵਿਟੀ ਬੋਲਦੀਆਂ ਨੇ, ਰਾਈਟ। ਜਦੋਂ ਤੁਹਾਡੀਆਂ ਐਕਟੀਵਿਟੀ ਬੋਲਣ ਲੱਗ ਪਈਆਂ, ਇਹਦਾ ਮਤਲਬ ਤੁਹਾਡਾ ਜੀਵਨ ਗਾ ਰਿਹਾ, ਇਸ ਤਰ੍ਹਾਂ ਪਾਣੀ ਖੁਦ ਗਾ ਰਿਹਾ, ਨਿਮਰਤਾ ਹੁੰਦੀ ਕੀ ਹੈ। ਵਾਹ, ਬਹੁਤ ਖੂਬ, ਕਿਸ ਤਰੀਕੇ ਨਾਲ, ਕਿੰਨੇ ਵਧੀਆ ਤਰੀਕੇ ਨਾਲ ਗੁਰੂ ਸਾਹਿਬ ਇਹ ਸਾਨੂੰ ਸਮਝਾ ਰਹੇ ਨੇ ਕਿ ਕਿਸ ਤਰੀਕੇ ਨਾਲ ਅਸੀਂ ਵੀ ਆਪਣੇ ਜੀਵਨ ਵਿੱਚ ਉਹ ਨਾਦ ਲੈ ਕੇ ਆਈਏ ਅਤੇ ਖੁਸ਼ੀਆਂ ਖੇੜਾ ਦਾ ਜੀਵਨ ਅਸੀਂ ਵੀ ਬਤੀਤ ਕਰ ਸਕੀਏ। ਤੁਹਾਡਾ ਧੰਨਵਾਦ, ਇਸ ਨੂੰ ਅਗਲੇ ਹਫ਼ਤੇ ਕੰਟੀਨਿਊ ਰੱਖਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ 604-603-7755 ਜਾਂ ਫਿਰ ਈਮੇਲ ਜ਼ਰੀਏ ਸੰਪਰਕ ਕਰ ਸਕਦੇ ਹੋ harpreetsingshow@gmail.com। ਸਿੱਖ ਕਮਿਊਨਿਟੀ .net ਵੈਬਸਾਈਟ 'ਤੇ ਭਾਈ ਸਾਹਿਬ ਚਲਾਉਂਦੇ ਨੇ, ਜਿਸ ਵਿੱਚ ਕਿ ਇਹ ਸਾਰੇ ਐਪੀਸੋਡਸ ਉੱਥੇ ਇਹ ਪੋਸਟ ਕਰਦੇ ਨੇ ਅਤੇ ਨਾਲ ਹੋਰ ਗੁਰਮਤ ਦੀ ਹੋਰ ਵੀ ਬਹੁਤ ਸਾਂਝ ਉੱਥੇ ਪਾਉਂਦੇ ਨੇ। ਸੋ ਆਓ ਸਾਰੇ ਯਤਨ ਕਰੀਏ, ਇਹ ਜੋ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਜਿਸ ਵਿੱਚ ਕਿ ਹਰ ਸੈਟਰਡੇ ਨੂੰ ਪੈਸੀਫਿਕ ਟਾਈਮ ਸ਼ਾਮ ਦੇ 8 ਤੋਂ ਲੈ ਕੇ 9 ਵਜੇ ਤੱਕ ਇਹ ਪ੍ਰੋਗਰਾਮ ਤੁਹਾਡੇ ਤੱਕ ਆਉਂਦਾ ਹੈ। ਉਸ ਤੋਂ ਇਲਾਵਾ ਹਰ ਰੋਜ਼ ਰਾਤ ਨੂੰ 10 ਤੋਂ ਲੈ ਕੇ 11 ਵਜੇ ਤੱਕ ਅਤੇ ਸਵੇਰੇ 6 ਤੋਂ ਲੈ ਕੇ 7 ਵਜੇ ਤੱਕ ਪੈਸੀਫਿਕ ਸਟੈਂਡਰਡ ਟਾਈਮ ਦੇ ਉੱਤੇ ਵੱਖਰੇ ਵੱਖਰੇ ਮੁੱਦਿਆਂ ਦੇ ਉੱਤੇ ਅਸੀਂ ਤੁਹਾਡੇ ਨਾਲ ਸਾਂਝ ਪਾਇਆ ਕਰਦੇ ਹਾਂ। ਇਸ ਵਿੱਚ ਤੁਹਾਡੇ ਸਹਿਯੋਗ ਦੀ ਆਸ ਰੱਖਦੇ ਹਾਂ। ਸਾਡੇ ਐਡਵਰਟਾਈਜ਼ਰਸ ਅਤੇ ਸਪੋਂਸਰਸ ਦਾ ਧੰਨਵਾਦ, ਜਿਨ੍ਹਾਂ ਦੀ ਬਦੌਲਤ ਇਹ ਪ੍ਰੋਗਰਾਮਸ ਤੁਹਾਡੇ ਤੱਕ ਪਹੁੰਚ ਰਹੇ ਨੇ, ਅਤੇ ਉਸਦੇ ਨਾਲ ਹੀ ਆਪ ਸਭ ਦਾ ਵੀ ਧੰਨਵਾਦ ਕਿ ਤੁਸੀਂ ਪ੍ਰੋਗਰਾਮ ਵਿੱਚ ਸ਼ਾਮਿਲ ਹੁੰਦੇ ਹੋ ਅਤੇ ਆਪਣਾ ਸਮਾਂ ਕੱਢ ਕੇ ਇਸ ਵਿੱਚ ਆਪਣੀ ਇੰਟਰੋਡਕਸ਼ਨ ਦੇ ਨਾਲ ਆਪਣੀ ਫੀਡਬੈਕ ਵੀ ਦਿਆ ਕਰਦੇ ਹੈਗੇ ਹੋ। ਸੋ ਮੁੱਖ ਤੌਰ ਦੇ ਉੱਤੇ ਤੁਹਾਡੇ ਤੋਂ ਇਹੀ ਅਸੀਂ ਬੇਨਤੀ ਕਰਦੇ ਹਾਂ ਕਿ ਅੱਜ ਦੇ ਇਸ ਟੈਕਨੋਲੋਜੀਕਲ ਯੁੱਗ ਵਿੱਚ ਸਾਡਾ ਸਾਥ ਦਿਓ। ਇਹ ਜੇਕਰ ਤੁਹਾਨੂੰ ਪ੍ਰੋਗਰਾਮਸ ਚੰਗੇ ਲੱਗ ਰਹੇ ਨੇ, ਹਰ ਘਰ ਵਿੱਚ ਪਹੁੰਚਾਉਣ ਦਾ ਯਤਨ ਕਰੋ ਤਾਂ ਕਿ ਹਰ ਘਰ ਵਿੱਚ ਸਿੱਖੀ ਦਾ ਸਹੀ ਮੈਸੇਜ ਜੋ ਹੈ ਪਹੁੰਚ ਸਕੇ ਅਤੇ ਅਸੀਂ ਆਪਣੀ ਆਉਣ ਵਾਲੀ ਪਨੀਰੀ ਨੂੰ ਨਾੜ ਜੋੜ ਸਕੀਏ। ਇਹ ਸਾਰੇ ਐਪੀਸੋਡਸ ਤੁਸੀਂ ਸ਼ੇਅਰ ਕਰ ਸਕਦੇ ਹੋ ਥਰੂ ਵਟਸਐਪ ਅਤੇ youtube.com/harpreetsingshow 'ਤੇ ਜਾ ਕੇ ਇਸ ਨੂੰ ਸ਼ੇਅਰ ਕਰੋ ਤਾਂ ਕਿ ਅਸੀਂ ਇਸ ਮੈਸੇਜ ਨੂੰ ਹਰ ਘਰ ਵਿੱਚ ਪਹੁੰਚਾ ਸਕੀਏ। ਇੱਥੇ ਹੀ ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਗੁੱਡ ਬਾਏ।